जलंधर दे पिंड नूरपुर नजदीक उस समय दहशत दा माहौल छा गया जदों दुकान ते बैठे एक व्यक्ति ते नौजवानां वल्लों ताबड़तोड़ गोलियां चला दित्तियां गईयां जिस विच व्यक्ति गंभीर जख्मी हो गया। इस मौके जख्मी व्यक्ति दे रिश्तेदारां ने दस्या कि तजिंदरपाल सिंह वासी नंगल अपनी दुकान ते बैठा सी कि अचानक दो नौजवानां ने उस ते फायरिंग कर दित्ती जिस दौरान ओ गंभीर जख्मी हो गया जिस नूं हस्पताल दाखिल करवाया गया। दस दईए कि हैरानी दी गल ए रही कि जदों जख्मी नूं मन्ने परमन्ने हस्पताल लिआंदा गया तां उत्थों दे स्टाफ ने डॉक्टर दे हस्पताल च ना होण दी गल आखी जिस तों बाद पड़ के परिवारक मैंबरां ने पुलिस नूं सूचित कीता। गोली लगी नूं 9:30 बजे दी गोली लगी है। बंदा 9:30 बजे दा इत्थे अंदर पिआ और इन्हां ने 9:30 तो लेके डॉक्टर नूं बुलाउंदिआं हुण इन्हां ने 12:30 बजे और 12:30 बजे वो डॉक्टर आया तो हुण वो कह रहा कि इहनूं DMC जां PGI लै जाओ। असीं ये उम्मीद करते हैं कि एड्डा वड्डा होस्पिटल आ ये साडे एरिए दे विच कैपिटल होस्पिटल उदां दे अपनी इन्नियां मशहूरियां और ऐडां दिंदे आ कि ये सुपर स्पैशलिस्ट होस्पिटल आ इत्थे हर तरह का इलाज आ। इस वेले इन्हां कोल एक डुक्की का जवाब नहीं हैगा कि असीं इलाज करो तड़फदी आ कि मेरा पति बेहोश पिया वा ये कहें कि साडा ट्रीटमेंट चल रहा है अं वट्सएप से फोटो भेजी डॉक्टर साहब आ रहे हैं। पहली गल तो वट्सएप से फोटो सेंड हुई वा वो की ट्रीटमेंट करूंगा जो 12 बजे आया वा तो उन्होंने बॉसा की तरह इतने जेडे इन्होंने रखे अपने की कहते बॉक्सर वो लैके आए आ अंदर ले जाके इदा आया जिदा बड़ा बॉस हों हूँ कहता जी बस ठीक है जी। खैर जी मामला की है गोली कितने चली है किनू वजी गोली नंगल सलेमपुर चली है जी वो सीमेंट का व्यापारी है बंदा को कैश हो सकता कुछ भी हो सकता कोई लुट्ट के मामले चली हो सकता वो गोली जी रंजिश ना चली हो पर सब तो इस वे जी सब तो ज्यादा जी घटिया गल की ये कैपिटल होस्पिटल वाले। इस दौरान मौके ते पहुंचे पुलिस अधिकारी ने मामले की जांच शुरू की। 112 ਤੇ ਕੰਪਲੇਨ ਮਿਲੀ ਜਿਸ ਤੇ ਸਾਨੂੰ ਉੱਥੋਂ ਲੋਕਲ ਨੰਗਲ ਪਿੰਡ ਤੋਂ ਸਾਨੂੰ ਫੋਨ ਆਇਆ ਕਿ ਇੱਕ ਜਿਹੜੇ ਹੈਗੇ ਨੇ ਤਜਿੰਦਰਪਾਲ ਸਿੰਘ ਬਾਜਵਾ ਇਹਨਾਂ ਦੀ ਜਿਹੜਾ ਕਾਫੀ ਬਲੱਡ ਵਗ ਰਿਹਾ ਤੇ ਇਹਨਾਂ ਦੀ ਝਗੜਾ ਹੋਇਆ ਤੁਸੀਂ ਆਓ ਇਹਨਾਂ ਉਦੋਂ ਜਦੋਂ ਸਾਡੀ ਪੁਲਿਸ ਉੱਥੇ ਪਹੁੰਚੀ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਥੇ ਕੈਪੀਟਲ ਹਸਪਤਾਲ 'ਚ ਐਡਮਿਟ ਨੇ ਇੱਥੇ ਹੁਣ ਡਾਕਟਰਾਂ ਤੋਂ ਕਲੀਅਰ ਹੈ ਕਿ ਇਹ ਗਨਸ਼ੋਟ ਹੋਈ ਹੈ ਤੇ ਕਿਉਂਕਿ ਇਹਨਾਂ ਕੋਲ ਪ੍ਰੋਪਰ ਜਿਹੜੇ ਹੈਗੇ ਆ ਇੰਸਟਰੂਮੈਂਟ ਜਾਂ ਟੈਕਨੀਕ ਨਹੀਂ ਹੈਗੀ ਇਸ ਕਰਕੇ ਉਹ ਪੇਸ਼ੈਂਟ ਨੂੰ ਜਿਹੜਾ DMC ਜਿਹੜਾ ਰੈਫਰ ਕਰਤਾ ਆ। ਵੈਸੇ ਪੇਸ਼ੈਂਟ ਜਿਹੜਾ ਬਿਲਕੁਲ ਨੋਰਮਲ ਆ ਉਹਦਾ BP ਸਾਰਾ ਕੁਝ ਨੋਰਮਲ ਆ ਉਹ ਖਤਰੇ 'ਚ ਨਹੀਂ ਹੈਗਾ। ਸੁਪਾਲ ਜੀ ਕਿੰਨੇ ਵਜੇ ਦੀ ਗੱਲ ਹੈਗੀ ਇਹ 9:30 ਦੇ ਵਿੱਚ ਦੀ ਗੱਲ ਆ। ਇੱਥੇ ਪਰਿਵਾਰ ਵੱਲੋਂ ਵੀ ਕੁਝ ਹੰਗਾਮਾ ਕੀਤਾ ਗਿਆ ਕਿ ਜਿਹੜੇ ਟ੍ਰੀਟਮੈਂਟ ਦੇ ਵਿੱਚ ਕਾਫੀ ਦੇਰੀ ਕੀਤੀ ਗਈ ਉਹਦਾ ਕੀ ਕਾਰਨ ਰਿਹਾ? ਹੰਗਾਮਾ ਨਹੀਂ ਕੀਤਾ ਜੀ ਇਸ ਟਾਈਮ ਸਾਰੇ ਜਿਹੜੇ ਆ ਫੈਮਿਲੀ ਮੈਂਬਰ ਜਾਂ ਨਾਲ ਆਏ ਹੁੰਦੇ ਸਾਰੇ ਇਮੋਸ਼ਨਲ ਹੋ ਜਾਂਦੇ ਆ। ਉਹਦੇ 'ਚ ਚਾਹੁੰਦੇ ਵੀ ਪੇਸ਼ੈਂਟ ਦਾ ਥੋੜ੍ਹਾ ਟ੍ਰੀਟਮੈਂਟ ਤੇਜ਼ ਕੀਤਾ ਜਾਵੇ ਪਰ ਕਿਉਂਕਿ ਡਾਕਟਰ ਆਪਣੀ ਜਗ੍ਹਾ ਹੁੰਦੇ ਆ ਉਹਨਾਂ ਨੇ ਜਿੰਨੇ ਚਿਰ ਸਾਰੇ ਪ੍ਰੋਪਰ ਟੈਸਟ ਨਹੀਂ ਕਰ ਲੈਣੇ ਉਹਨਾਂ ਚਿਰ ਟ੍ਰੀਟਮੈਂਟ ਨਹੀਂ ਸ਼ੁਰੂ ਕਰਦੇ। ਉਹ ਥੋੜ੍ਹਾ ਜਿਹਾ ਇਹੋ ਗੈਬ ਹੋਣ ਕਰਕੇ ਕਈ ਵਾਰੀ ਇੱਦਾਂ ਦੇ ਛੁੱਟ-ਛੁੱਟੀਆਂ ਗੱਲਾਂ ਬਣਦੀਆਂ ਨੇ। ਬਾਕੀ ਜਦੋਂ ਅਸੀਂ ਆਏ ਸਾਰਿਆਂ ਨੇ ਨੋਰਮਲ ਗੱਲ ਕੀਤੀ ਹੈ ਉਹ ਸਾਰਾ ਜਿਹੜਾ ਮਾਹੌਲ ਠੀਕ ਹੋ ਗਿਆ ਹੈ। ਸਰ ਬਟ ਇੱਕ ਤੁਹਾਡੇ ਸਾਹਮਣੇ ਵੀ ਦੇਖਣ ਨੂੰ ਮਿਲਿਆ ਹੈ ਕਿ ਪਰਿਵਾਰਕ ਮੈਂਬਰ ਹੱਥ ਜੋੜ ਕੇ ਤਰਲੇ ਕਰਦੇ ਹੋਏ ਦਿਖਾਈ ਦਿੱਤੇ ਡਾਕਟਰਾਂ ਨੂੰ ਵੀ ਟ੍ਰੀਟਮੈਂਟ ਨੂੰ ਨਾ ਰੋਕਿਆ ਜਾਵੇ ਤੇ ਇਲਾਜ ਇੱਦਾਂ ਹੀ ਚੱਲਦਾ ਰਹਿਣ ਦਿੱਤਾ ਜਾਵੇ, ਪਰ ਉਹਦੇ ਵਿੱਚ ਇਹੋ ਜਿਹੀ ਕੀ ਗੱਲ ਆਈ ਕਿ ਪਰਿਵਾਰ ਨੂੰ ਹੱਥ ਤੱਕ ਜੋੜਨੇ ਪੈ ਗਏ? ਇਸ ਕਰਕੇ ਜੀ ਕਹਿੰਦੇ ਜਿਹੜਾ ਜਾਨ ਬਚਾਉਂਦਾ ਆ ਉਹ ਰੱਬ ਹੁੰਦਾ ਆ। ਇਸ ਕਰਕੇ ਅਸੀਂ ਸਾਰੇ ਇਹੋ ਗੱਲ ਸੋਚਦੇ ਹਾਂ ਜਦੋਂ ਕੋਈ ਸਾਡਾ ਪੇਸ਼ੈਂਟ ਆਇੰਦਾ ਤਾਂ ਅਸੀਂ ਸੋਚਦੇ ਡਾਕਟਰ ਵੀ ਰੱਬ ਆ ਬਚਾਉਂਦੇ ਆ। ਇਸ ਕਰਕੇ ਉਹਨਾਂ ਅੱਗੇ ਹੱਥ ਜੋੜ ਕੇ ਹੀ ਬੇਨਤੀ ਕੀਤੀ ਜਾ ਸਕਦੀ ਹੈ ਜੋ ਇਹਨਾਂ ਦੇ ਪਰਿਵਾਰ ਮੈਂਬਰਾਂ ਨੇ ਵੀ ਇਹੋ ਗੱਲ ਕੀਤੀ। ਵਾਰਦਾਤ ਹੋਈ ਕਿ ਕਿਹਨਾਂ ਵੱਲੋਂ ਅੰਜਾਮ ਦਿੱਤਾ ਗਿਆ, ਕੌਣ ਲੋਕ ਨੇ ਉਹ? ਇਹ ਤਾਂ ਹੁਣ ਜਿੰਚਰ ਉਹ ਸਾਨੂੰ ਪ੍ਰੋਪਰ ਸਟੇਟਮੈਂਟ ਨਹੀਂ ਦੇ ਦਿੰਦੇ ਜੀ, ਉਹਨਾਂ ਟਾਈਮ ਨਹੀਂ ਅਸੀਂ ਇਹਨੂੰ ਓਪਨ ਕਰ ਸਕਦੇ ਗੱਲ ਨੂੰ। ਪਰ ਇਹ ਆ ਵੀ ਇਹ ਬੰਦੇ ਜਿਹੜੇ ਆ ਉਹਨਾਂ ਨੂੰ ਪਤਾ ਆ ਕਿਹੜੇ ਹੈਗੇ ਆ, ਕਿਉਂਕਿ ਉਹ ਬੰਦਾ ਸ਼ਾਇਦ ਪਹਿਲਾਂ ਵੀ ਉਹਨਾਂ ਦੀ ਇੱਕ ਦੋ ਵਾਰੀ ਜਿਹੜਾ ਸਟੋਰ 'ਤੇ ਆਇਆ ਆ ਅਤੇ ਉਹਨਾਂ ਨੂੰ ਪੂਰਾ ਕਲੀਅਰ ਹੀ ਆ ਜੀ। ਅਤੇ ਅਸੀਂ ਵੈਸੇ ਆਪਣਾ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਆ, ਜਦੋਂ ਬਿਆਨ ਦੇਣਗੇ ਉਹ ਵੀ ਆਪਣਾ ਐਫਏਅਰ ਵੀ ਲਾਉਂਜ ਅਸੀਂ ਕਰਨੂੰ ਹੁਣੇ ਤਿਆਰ ਹਾਂ। ਅਤੇ ਜਿਹੜਾ ਇਨਵੈਸਟੀਗੇਸ਼ਨ ਉਹ ਅਸੀਂ ਹੁਣੇ ਸ਼ੁਰੂ ਕਰਤੀ ਆ, ਅਸੀਂ ਹੁਣ ਮੌਕੇ 'ਤੇ ਵੀ ਚੱਲੇ ਹਾਂ, ਉੱਥੇ ਵੀ ਅਸੀਂ ਸਾਰਾ ਸਿਸਟਮ। ਰੰਜਿਸ਼ ਨਹੀਂ ਲੱਗ ਰਿਹਾ ਜਾਂ ਕੋਈ ਲੁੱਟਖੋ ਦੀ ਨੀਅਤ ਨਾ ਹੋਇਆ ਹਮਲਾ? ਅਜੇ ਕੁਛ ਨਹੀਂ ਕਿਹਾ ਜਾ ਸਕਦਾ ਜੀ ਇਸ ਗੱਲ 'ਤੇ, ਕਿਉਂਕਿ ਜਿੰਨਾ ਚਿਰ ਉਹ ਸਾਨੂੰ ਸਟੇਟਮੈਂਟ ਨਹੀਂ ਦਿੰਦੇ ਵੀ ਉਹ ਕਿਸ ਕਰਕੇ ਆਏ, ਕਨਵਰਸੇਸ਼ਨ ਜਿਹੜੀ ਆ ਲੜਾਈ ਦੇ ਦੌਰਾਨ ਉਹਨਾਂ ਨਾਲ ਹੀ ਹੋਈ ਆ,
ਉਹਨਾਂ ਨੂੰ ਪਤਾ ਇੱਕ ਉਹਨਾਂ ਦੇ ਸਾਹਮਣੇ ਇੱਕ ਢਾਬੇ ਵਾਲਾ ਸੀ ਸਿਰਫ ਉਹਨੂੰ ਥੋੜ੍ਹਾ ਜਿਹਾ ਇਹ ਗੱਲ ਪਤਾ ਲੱਗਾ ਵੀ ਵਾਕਿਆ ਹੀ ਗੋਲੀ ਚੱਲੀ ਆ ਅਤੇ ਉਸ ਗੱਲ ਤੋਂ ਅਸੀਂ ਵੀ ਬਿਲਕੁਲ ਕਲੀਅਰ ਸੀ ਵੀ ਗੋਲੀ ਚੱਲੀ ਹੁਣ ਮੈਂ ਉੱਥੋਂ ਦੇ ਮੋਤਬਰ ਲੈ ਕੇ ਜਿਹੜੇ ਉੱਥੋਂ ਦੇ ਰਹਿਣ ਵਾਲੇ ਉਹਨਾਂ ਨਾਲ ਚੱਲਿਆ ਮੌਕੇ 'ਤੇ ਫਿਰ ਮੌਕੇ ਤੋਂ ਵੀ ਸਾਨੂੰ ਕਾਫੀ ਗੱਲਾਂ ਦਾ ਪਤਾ ਲੱਗ ਜਾਏਗਾ ਪੇਸ਼ੈਂਟ ਕਿੰਨੀ ਕੁ ਗੋਲੀਆਂ ਉਹਨਾਂ ਦੇ ਕਹਿੰਦੇ ਵੱਜੀਆਂ ਇੱਕ ਹੀ ਗੋਲੀ ਚੱਲੀ ਆ ਜੀ ਉਹ ਇੱਕੋ ਹੀ ਚੱਲੀ ਆਸ 'ਤੇ ਕੀਤੀ ਜਾ ਰਹੀ ਹੈ ਕੋਈ ਡਾਕਟਰ ਵੀ ਜਿਹੜੇ ਉਹਨਾਂ ਨੇ ਸਕੈਨ ਕੀਤਾ ਉਹ ਇਹ ਗੱਲ ਕਲੀਅਰ ਕਰ ਰਹੇ ਨੇ ਕਿ ਗੋਲੀ ਅੰਦਰ ਫੇਫੜੇ ਦੇ ਅੰਦਰ ਕਿੱਦਾਂ ਚੱਲ ਗਈ ਸੱਜੇ ਪਾਸੇ ਕਿਉਂਕਿ ਸੱਜੇ ਪਾਸੇ ਜਾਣ ਕਰਕੇ ਅਸੀਂ ਡਾਕਟਰ ਇਹ ਗੱਲ ਦਾ ਵਿਸ਼ਵਾਸ ਜਵਾ ਰਹੇ ਕਿ ਇਹ ਬੰਦਾ ਖਤਰੇ ਤੋਂ ਬਾਹਰ ਹੈ ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ ਜੇਕਰ ਤੁਸੀਂ ਦਰਦ ਦੀਆਂ ਠੋਕਰਾਂ ਖਾ ਕੇ ਅੱਕ ਚੁੱਕੇ ਹੋ ਤਾਂ ਤੁਹਾਨੂੰ ਹੋਰ ਕਿਤੇ ਜਾਣ ਦੀ ਨਹੀਂ ਲੋੜ ਤੁਹਾਡੀ ਹਰ ਸਮੱਸਿਆ ਦਾ ਹੱਲ ਹੁਣ ਸ਼੍ਰੀ ਸ਼ਾਮ ਜੋਤਿਸ਼ ਕੇਂਦਰ ਫਿਲੌਰ ਵਾਲੇ ਕਰਨਗੇ ਜਿਵੇਂ ਕਾਰੋਬਾਰ ਵਿੱਚ ਘਾਟਾ ਘਰ ਵਿੱਚ ਕਲੇਸ਼ ਵਿਦੇਸ਼ ਯਾਤਰਾ ਜਾਂ ਵਿਦੇਸ਼ ਵਿੱਚ ਪੱਕੇ ਹੋਣਾ ਵਿਆਹ ਜਾਂ ਵਿਆਹ ਵਿੱਚ ਦੇਰੀ ਹੋਣਾ ਬਿਮਾਰੀ ਤੋਂ ਛੁਟਕਾਰਾ ਸੰਤਾਨ ਸੁੱਖ ਪੜ੍ਹਾਈ ਵਿੱਚ ਮਨ ਨਾ ਲੱਗਣਾ ਮਨਚਾਇਆ ਪਿਆਰ ਨਸ਼ੇ ਤੋਂ ਛੁਟਕਾਰਾ ਲਵ ਮੈਰਿਜ ਵਾਸਤੇ ਘਰ ਵਾਲੇ ਨੂੰ ਮਨਾਉਣਾ ਆਦਿ ਸਮੱਸਿਆ ਦਾ ਹੱਲ 100% ਗਰੰਟੀ ਨਾਲ ਪੰਡਿਤ ਰਮੇਸ਼ ਕੁਮਾਰ ਜੀ ਵੱਲੋਂ ਕੀਤਾ ਜਾਂਦਾ ਹੈ ਇੱਥੇ ਗੰਢਮੁੱਲ ਪੂਜਾ ਮੰਗਲਿਕ ਪੂਜਾ ਅਤੇ ਡੇਵਾ ਵੀ ਬਣਾਇਆ ਜਾਂਦਾ ਹੈ ਫਿਰ ਦੇਰ ਕਿਉਂ ਤੁਸੀਂ ਰੋਂਦੇ ਹੋਏ ਆਓਗੇ ਤੇ ਹੱਸਦੇ ਹੋਏ ਜਾਓਗੇ ਪਤਾ ਨੋਟ ਕਰੋ ਸ਼੍ਰੀ ਸ਼ਾਮ ਜੋਤਿਸ਼ ਕੇਂਦਰ ਨਜ਼ਦੀਕ ਸਚਦੇਵਾ ਆਟੋ ਫਿਲੌਰ ਜ਼ਿਲ੍ਹਾ ਜਲੰਧਰ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰੋ ਫੋਨ ਨੰਬਰ 81 467 47 448